Hello guys, welcome to Lockdown Tech Study YouTube channel. So today is the topic of transmission media. Transmission media de vich apne kol transmission to ye naam to pata chal reha hai ki kuch na kuch transfer ho reha hai aur media to pata chal reha hai koi na koi medium hovega jiste through hi kuch na kuch transfer hovega. Man lo ki ek PC to dusre PC tak koi data send karna hai to ohde vich jehda use kita gaya koi wire use kiti gayi ta oh kehdi wire aa ohda ki bandwidth hovegi ohdi ki cost hovegi ki ohda time hovega maintenance kis tarah di hovegi oh sara jehda kam aa oh ek medium ਦਾ ਕੰਮ ਆ ਮੀਨਸ ਕਿ ਉਹ ਜਿਹੜਾ ਮੀਡੀਅਮ ਜਿਹੜਾ ਆ ਉਹ ਕਿਹੜਾ ਯੂਜ਼ ਕੀਤਾ ਗਿਆ ਆ ਇੱਕ ਡੇਟਾ ਨੂੰ ਦੂਸਰੀ ਡੇਟਾ ਦੇ ਵਿੱਚ ਮਤਲਬ ਕਿ ਸੈਂਡ ਕਰਨ ਦੇ ਲਈ ਡੇਟਾ ਨੂੰ ਦੂਸਰੀ ਜਗ੍ਹਾ ਦੇ ਉੱਤੇ ਸੈਂਡ ਕਰਨ ਦੇ ਲਈ ਉਹ ਮੀਡੀਅਮ ਕਿਹੜਾ ਯੂਜ਼ ਕੀਤਾ ਗਿਆ ਥੈਟ ਇਜ਼ ਕਾਲਡ ਦਾ ਟਰਾਂਸਮਿਸ਼ਨ ਮੀਡੀਆ ਤੁਸੀਂ ਇਹਨੂੰ ਕਮਿਊਨੀਕੇਸ਼ਨ ਮੀਡੀਆ ਵੀ ਕਹਿ ਸਕਦੇ ਆ ਕਿਉਂਕਿ ਅਸੀਂ ਜਿਹੜਾ ਇੱਕ ਪੀਸੀ ਤੋਂ ਦੂਸਰੇ ਪੀਸੀ ਤੱਕ ਅਗਰ ਕੁਝ ਕਮਿਊਨੀਕੇਟ ਵੀ ਕਰ ਪਾਉਂਦੇ ਆ ਤਾਂ ਉਹ ਕਿਸੇ ਮੀਡੀਅਮ ਦੇ ਥਰੂ ਹੀ ਕਰ ਪਾਉਂਦੇ ਆ ਸੋ ਟਰਾਂਸਮਿਸ਼ਨ ਮੀਡੀਆ ਦੀ ਡੈਫੀਨੇਸ਼ਨ ਚ ਜੇ ਕਹੀਏ ਟਰਾਂਸਮਿਸ਼ਨ ਮੀਡੀਆ ਇਜ਼ ਦਾ ਮੀਡੀਅਮ that carries the information from sender to the receiver carry ਕਰਦਾ ਆ ਇੱਕ PC ਤੋਂ ਦੂਸਰੇ PC ਤੱਕ ਜਿਹੜੀ ਇਨਫੋਰਮੇਸ਼ਨ ਪਹੁੰਚਾਉਂਦਾ ਕੈਰੀ ਕਰਕੇ ਲੈ ਕੇ ਜਾਂਦਾ ਉਹ ਮੀਡੀਅਮ ਜਿਹੜਾ ਆ ਉਹ ਉਸ ਇਨਫੋਰਮੇਸ਼ਨ ਨੂੰ ਚੁੱਕ ਕੇ ਲੈ ਕੇ ਜਾ ਰਿਹਾ ਹੈ ਦੂਸਰੇ PC ਨੂੰ ਦੇ ਰਿਹਾ ਇਟ ਮੀਨਸ ਉਹ ਆਪਣਾ ਕੀ ਆ ਟਰਾਂਸਮਿਸ਼ਨ ਮੀਡੀਆ ਔਰ ਜਿਹੜਾ ਇਹ ਟਰਾਂਸਮਿਸ਼ਨ ਮੀਡੀਆ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਆ ਉਹ ਸੈਂਡਰ ਟੂ ਰਿਸੀਵਰ ਤੱਕ ਕੈਰੀ ਹੁੰਦੀ ਆ ਉਹ ਕਿਸੇ ਨਾ ਕਿਸੇ ਮੀਡੀਅਮ ਦੇ ਥਰੂ ਹੁੰਦੀ ਆ ਸੋ ਮੀਡੀਅਮ ਦੇ ਥਰੂ ਜੇ ਹੁੰਦੀ ਆ ਤਾਂ ਕੋਈ ਨਾ ਕੋਈ ਸਿਗਨਲ ਯੂਜ਼ ਕੀਤੇ ਜਾਂਦੇ ਆ ਮੀਨਸ ਕਿ ਉਹਦੇ ਵਿੱਚ ਮਤਲਬ ਕਿ ਜਿਹੜੇ ਆਪਾਂ ਜਦੋਂ ਆਪਾਂ ਕਿਸੇ ਪੀਸੀ ਤੋਂ ਇਸ ਪੀਸੀ ਤੋਂ ਇਸ ਪੀਸੀ ਨੂੰ ਡੇਟਾ ਸੈਂਡ ਕਰਨਾ ਆ ਕਿ ਉਹ ਆਪਾਂ ਇਲੈਕਟ੍ਰੋਨਿਕ ਤੋਂ ਬਿਨਾ ਮਤਲਬ ਬਿਜਲੀ ਤੋਂ ਬਿਨਾ ਕੀ ਆਪਾਂ ਸੈਂਡ ਕਰ ਸਕਾਂਗੇ ਨਹੀਂ ਸੈਂਡ ਕਰ ਸਕਦੇ ਸੋ ਇਹਦੇ ਵਿੱਚ ਕੀ ਆ ਇਲੈਕਟ੍ਰੋਨਿਕ ਐਂਡ ਇਲੈਕਟ੍ਰੋਮੈਗਨੈਟਿਕ ਸਿਗਨਲਸ ਯੂਜ਼ ਕੀਤੇ ਜਾਂਦੇ ਮਤਲਬ ਕਿ ਇੱਕ ਕਰੰਟ ਪਾਸ ਕੀਤਾ ਜਾਂਦਾ ਆ ਜਿਹਦੇ ਥਰੂ ਹੀ ਜਿਹੜਾ ਸਾਡਾ ਡੇਟਾ ਆ ਉਹ ਸੈਂਡ ਹੁੰਦਾ ਆ ਮਤਲਬ ਕਿ ਇਹ ਜਿਹੜੇ ਸਿਗਨਲਸ ਯੂਜ਼ ਕੀਤੇ ਜਾਂਦੇ ਆ ਉਹ ਕਿਹੜੇ ਹੋ ਸਕਦੇ ਆ ਸਿਗਨਲਸ ਕੈਨ ਬੀ ਟਰਾਂਸਮਿਟਡ ਥਰੂ ਸਿਗਨਲਸ ਇਹਦੇ ਥਰੂ ਹੀ ਟਰਾਂਸਮਿਟ ਹੁੰਦੇ ਆ ਉਹ ਕਿਹਦੇ ਥਰੂ ਹੁੰਦੇ ਆ ਕਾਪਰ ਵਾਇਰ ਹੋ ਸਕਦੀ ਆ ਆਪਟੀਕਲ ਫਾਈਬਰ ਕੇਬਲਸ ਹੋ ਸਕਦੀਆਂ ਆ ਵਾਟਰ ਹੋ ਸਕਦਾ ਵੈਕਿਊਮ ਹੋ ਸਕਦਾ ਆ ਮਤਲਬ ਕਿ ਇਹਨਾਂ ਵਿੱਚੋਂ ਕੋਈ ਜਿੱਦਾਂ ਸਿਗਨਲਸ ਨੂੰ ਆਪਾਂ ਟਰਾਂਸਮਿਟ ਕਰਨ ਦੇ ਲਈ ਜਿਹੜਾ ਆ ਉਹ ਯੂਜ਼ ਕਰਦੇ ਆ ਤਾਂ ਹੀ ਜਿਹੜਾ ਆਪਣਾ ਡੇਟਾ ਆ ਉਹ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੱਕ ਸੈਂਡ ਕੀਤਾ ਜਾ ਸਕਦਾ ਆ ਸੋ ਇਹਦੇ ਵਿੱਚ ਜੇ ਆਪਾਂ ਦੇਖੀਏ ਕਿ ਜਿੰਨੇ ਵੀ ਆਪਾਂ ਇਹ ਜਿਹੜੀਆਂ ਪ੍ਰੋਪਰਟੀਜ਼ ਯੂਜ਼ ਕਰਦੇ ਆ ਸਿਗਨਲਸ ਯੂਜ਼ ਕਰਦੇ ਆ ਇਲੈਕਟ੍ਰੋਮੈਗਨੈਟਿਕ ਸਿਗਨਲਸ ਯੂਜ਼ ਕਰਦੇ ਆ ਉਹਨਾਂ ਸਭ ਦੀਆਂ ਆਪਣੀਆਂ ਆਪਣੀਆਂ ਪ੍ਰੋਪਰਟੀਜ਼ ਹੁੰਦੀਆਂ ਆ ਜਿੱਦਾਂ ਕਿ ਉਹਦੀ ਕਾਸਟ ਕਿੰਨੀ ਹੋਵੇਗੀ ਅਗਰ ਆਪਾਂ ਇਹ ਵਾਲੀ ਵਾਇਰ ਯੂਜ਼ ਕਰ ਰਹੇ ਆ ਤਾਂ ਉਹਦੀ ਕਾਸਟ ਕਿੰਨੀ ਹੋਵੇਗੀ ਉਹਨੂੰ ਮੇਨਟੇਨੈਂਸ ਕਰਨ ਲਈ ਕਿੰਨਾ ਟਾਈਮ ਲੱਗੇਗਾ ਉਹਦੀ ਡਿਲੇ ਕਿੰਨੀ ਹੋਵੇਗੀ ਉਹਦੀ ਬੈਂਡਵਿਥ ਕਿੰਨੀ ਹੋਵੇਗੀ ਇਹ ਸਾਰੀਆਂ ਉਹਦੀਆਂ ਪ੍ਰੋਪਰਟੀਜ਼ ਆ ਜਾਂਦੀਆਂ ਆ ਕਿ ਉਹ ਉਸਦੀ ਮਤਲਬ ਕਿ ਉਸ ਮੀਡੀਅਮ ਦੇ ਉੱਤੇ ਡਿਪੈਂਡ ਕਰਦਾ ਕਿ ਉਸ ਸਿਗਨਲ ਦੇ ਵਿੱਚ ਸੈਂਡ ਕਰਨ ਦੇ ਲਈ ਸਾਨੂੰ ਕਿੰਨਾ ਸਾਰਾ ਕੁਝ ਪ੍ਰੋਪਰਟੀਜ਼ ਲੱਗਦੀਆਂ ਆ ਸੋ ਇਹ ਹੈਗਾ ਆਪਣਾ ਟਰਾਂਸਮਿਸ਼ਨ ਮੀਡੀਆ ਔਰ ਟਰਾਂਸਮਿਸ਼ਨ ਮੀਡੀਆ ਜਿਹੜਾ ਆ ਦੋ ਤਰ੍ਹਾਂ ਦਾ ਹੁੰਦਾ ਆ ਗਾਈਡਡ ਐਂਡ ਅਨਗਾਈਡਡ ਗਾਈਡਡ ਮੀਨਸ ਜਿਹੜਾ ਹੋ ਗਿਆ ਕਿ ਵਾਇਰ ਵਾਲਾ ਜਿਹੜਾ ਵਾਇਰਡ ਹੋ ਗਿਆ ਅਨਗਾਈਡਡ ਜਿਹੜਾ ਹੋ ਗਿਆ ਵਾਇਰਲੈਸ ਹੋ ਗਿਆ ਹੁਣ ਦੇਖੋ ਵਾਇਰਲੈਸ ਟੈਕਨੋਲੋਜੀ ਵੀ ਯੂਜ਼ ਕੀਤੀਆਂ ਜਾਂਦੀਆਂ ਆ ਹੁਣ ਜੇ ਵਾਇਰ ਨਹੀਂ ਹੈਗੀ ਤਾਂ ਡੇਟਾ ਤਾਂ ਸੈਂਡ ਫੇਰ ਵੀ ਹੋ ਰਿਹਾ ਆ ਡੇਟਾ ਮਤਲਬ ਕਿ ਵਾਇਰਲੈਸ ਡੇਟਾ ਸੈਂਡ ਹੋ ਰਿਹਾ ਅਨਗਾਈਡਡ ਦੇ ਵਿੱਚ ਆ ਜਾਂਦਾ ਆ ਔਰ ਅਗਰ ਵਾਇਰ ਦੇ ਨਾਲ ਡੇਟਾ ਸੈਂਡ ਕਰ ਰਹੇ ਹਾਂ ਤਾਂ ਉਹ ਗਾਈਡਡ ਮੀਡੀਆ ਆ ਜਾਂਦਾ ਆ ਸੋ ਟਰਾਂਸਮਿਸ਼ਨ ਦੀਆਂ ਦੋ ਟਾਈਪਸ ਟਰਾਂਸਮਿਸ਼ਨ ਮੀਡੀਆ ਦੀਆਂ ਦੋ ਟਾਈਪਸ ਹੋ ਗਈਆਂ ਗਾਈਡਡ ਐਂਡ ਅਨਗਾਈਡਡ ਸੋ ਆਪਾਂ ਇਹਨਾਂ ਨੂੰ ਐਕਸਪਲੇਨ ਜਿਹੜਾ ਆ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ ਤੇ ਜਿਹੜਾ ਆ ਪ੍ਰੋਪਰ ਇਹਨਾਂ ਨੂੰ ਆਪਾਂ ਨੈਕਸਟ ਵੀਡੀਓ ਦੇ ਵਿੱਚ ਜਾਣਾਂਗੇ ਕਿ ਗਾਈਡਡ ਮੀਡੀਆ ਦੇ ਅੰਡਰ ਜਿਹੜੀਆਂ ਟਾਈਪਸ ਆਉਂਦੀਆਂ ਉਹ ਕਿਹੜੀਆਂ ਕਿਹੜੀਆਂ ਹੁੰਦੀਆਂ ਆ ਔਰ ਅਨਗਾਈਡਡ ਦੇ ਵਿੱਚ ਕਿਹੜੀਆਂ ਕਿਹੜੀਆਂ ਟਾਈਪਸ ਆਉਂਦੀਆਂ ਸੋ ਮਿਲਦੇ ਆ ਆਪਾਂ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਸੋ ਮੱਚ